ਸਾਨੂੰ ਬਸ ਨਜਾਇਜ਼ ਚੱਕਿਆ, ਬਸ ਉਹ ਗਲਤੀ ਇਹਨਾਂ ਦੀ। ਐਸ ਪੀ ਆਰ ਅਰਬਰਾਜ ਸਾਹਿਬ ਦਾ ਇਹ ਕਰਦੇ ਹਾਂ, ਸਾਨੂੰ ਉਹਨਾਂ ਨੇ ਕਢਾਇਆ ਬਸ। ਮੈਂ ਭਾਈ ਦੁਬਈ ਗਿਆ, ਸੁਖਵੀਰ 2015 'ਚ ਗਿਆ ਜੀ। ਬਹੁਤ ਸ਼ੁਕਰ ਕਰਦਾ ਬਸ ਅੱਗੇ ਵਾਲੇ ਕੋਈ ਮੁੰਡੇ ਤੇ ਗਲਤ ਕੰਮ ਨਾ ਕਰਨ। ਬਸ ਅੱਜ ਵੀ ਨੌਜਵਾਨ ਬਾਹਰ ਜਾਣ ਦੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਭਾਈ? ਇਹ ਤਾਂ ਉਹਨਾਂ ਨੂੰ ਇਹ ਕੰਮ, ਕੋਈ ਗਲਤੀ ਨਾ ਕਰਨ ਉੱਥੇ ਜਾ ਕੇ। ਬਸ ਤੁਹਾਡੇ ਨਾਲ ਕਿੰਨੇ ਮੁੰਡੇ ਹੋਰ ਸੀ ਜਿਹੜਾ? ਅਸੀਂ ਭਾਈ 3 ਜਣੇ ਸੀਗੇ ਉਹ 3 ਜਣੇ, ਮੈਂ 2 ਜਣੇ ਪਹਿਲਾਂ ਆ ਕੇ। ਜਦੋਂ ਉੱਥੋਂ ਦੇ ਪੁਲਿਸ ਨੇ ਚੁੱਕਿਆ, ਕੀ ਕਰ ਰਹੇ ਸੀ ਤੁਸੀਂ, ਕਿੱਥੇ ਸੀਗੇ ਅਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਵੀ ਕੋਈ ਕੰਮ ਗਲਤ ਹੋ ਗਿਆ? ਸਾਨੂੰ ਨਹੀਂ ਪਤਾ ਸੀ ਕੀ ਹੋ ਗਿਆ ਕੀ ਨਹੀਂ ਹੋਇਆ, ਸਾਨੂੰ ਸੀਡੀ ਜ਼ਬਰਦਸਤੀ ਕੁੱਟ ਕੇ ਮਨਾਇਆ ਸੀ। ਕੁੱਟ ਕੇ ਮਨਾ ਕੇ ਉਹਨਾਂ ਨੇ ਕਿਹਾ ਪਹਿਲਾਂ ਨਹੀਂ ਮੰਨੋਗੇ ਤੁਹਾਨੂੰ ਮਾਰ ਦੇਣਾ। ਕਦੇ ਕਿੰਨੀ ਦੇਰ ਜੇਲ੍ਹ 'ਚ ਰਹੇ? 6 ਸਾਲ ਤੋਂ ਉੱਤੇ ਹੋ ਗਏ। 6 ਸਾਲ ਤੋਂ ਅੱਜ ਵਾਪਸ ਆਏ ਹੋ ਅਤੇ ਮਾਂ ਨੂੰ ਮਿਲੇ ਹੋ, ਕਿਹੋ ਜਿਹਾ ਲੱਗ ਰਿਹਾ ਜੇ ਆਪਣੇ ਪਰਿਵਾਰ 'ਚ ਮਿਲਣੇ ਹੋ? ਮੇਰੇ ਅੱਜ ਹੀ ਲੱਗਿਆ ਜੀ, ਮੈਂ ਅੱਜ ਆਇਆ ਪਰਿਵਾਰ 'ਚ। ਮੁੜ ਕੇ ਬਾਹਰ ਜਾਣ ਦਾ ਹੈਗਾ ਹੁਣ ਦੁਬਾਰਾ? ਨਹੀਂ ਜਾਣਾ। ਚਲੋ ਗਿਆ ਸੀ ਕਿੰਨੇ ਸਾਲ ਤੋਂ ਉੱਥੇ ਸੀਗਾ? ਇਹ ਸੁਖਵੀਰ ਸਿੰਘ ਜੀ ਨਾਂ ਹੈ, ਇਹ ਗਿਆ ਸੀ 2015 ਸਾਲ 'ਚ ਅਤੇ 2 ਸਾਲ ਬਾਅਦ ਕੰਮ ਕੀਤਾ, ਉਦੋਂ ਮਗਰੋਂ 6-7 ਸਾਲ ਹੋ ਗਏ। ਅਸੀਂ ਜਾਣੀ ਬਹੁਤ ਦੁਨੀਆ ਦੇ ਫਿਰੇ ਹਾਂ, ਸਾਡੀ ਕਿਸੇ ਨੇ ਵੀ ਨਹੀਂ ਸੁਣੀ ਇਹਨਾਂ ਤੋਂ ਸੁੱਟ। ਅਸੀਂ ਤਾਂ ਕਹਿ ਰਹੇ ਹਾਂ ਅਪਰਾਜ ਸਾਹਿਬ ਨੂੰ ਮਹਾਰਾਜ ਦੁੱਗਣਾ ਅਤੇ ਚੌਗਣਾ ਵਧਾਵੇ, ਜਿਹਨੇ ਸਾਡੇ ਅੰਬਰਾਂ 'ਚੋਂ ਤੋੜ ਕੇ ਲਿਆ ਕੇ ਝੋਲੀ ਵਿੱਚ ਸਾਡੇ ਪੁੱਤ ਨੂੰ ਪਾ ਤਾ। ਇੱਕੋ ਇੱਕ ਬੇਟਾ ਸੀ, ਅਸੀਂ ਤਾਂ ਬਾਪ ਹੀ ਦਾ ਉਹ ਟੈਨਸ਼ਨ ਲਿਆ, ਕੁੜੀਆਂ ਸੀ ਕਿੰਨੇ ਬਹਿ ਗਈਆਂ, ਇੱਕੋ ਇੱਕ ਬੇਟਾ ਸੀ, ਮੈਂ ਸੀ ਉਹ ਧੱਕੇ ਖਾਂਦੀ। ਮੈਂ ਕੀ ਹੋਇਆ ਕਿਸੇ ਵਾਰ ਪਤਾ? ਬਸ ਆਹੀ ਸੁਣਦੇ ਸੀ, ਕਹਿੰਦੇ ਸੀ ਕਿ ਕਤਲ ਦਾ ਕੇਸ ਪਾਇਆ ਹੈ, ਕਤਲ ਦਾ ਕੇਸ ਪਾਇਆ ਹੈ, ਇਹ ਮਹਾਰਾਜ ਨੂੰ ਪਤਾ। ਜਦ ਅੱਜ ਕਿੰਨੀ ਕੁ ਖੁਸ਼ੀ ਹੈ ਬੇੜੇ ਨੂੰ ਮਿਲ ਗਈ ਜੀ? ਖੁਸ਼ੀ ਅਸੀਂ ਤਾਂ ਇੱਦੂ ਖੁਸ਼ੀ ਕਿਹੜੀ ਹੋਊਗੀ ਜਿਹੜੇ ਪੁੱਤਰ ਨਾਲ ਮੇਲ ਮਿਲਾਪ ਕਰਤਾ। ਜਿਹੜੇ ਨੌਜਵਾਨ ਅੱਜ ਵੀ ਬਾਹਰ ਜਾ ਰਹੇ, ਮਾਪੇ ਬਾਹਰ ਬੱਚਿਆਂ ਨੂੰ ਭੇਜ ਰਹੇ, ਉਹਨਾਂ ਨੂੰ ਕੀ ਕੁਛ ਹੁੰਦੀ? ਮੈਂ ਤਾਂ ਇਹੀ ਕਹੂੰਗੀ ਵੀ ਕੋਈ ਬੱਚਿਆਂ ਨੂੰ ਭੇਜੋ ਨਾ, ਵੀ ਕੋਈ ਸੁਣਦਾ ਨਹੀਂ ਕਿਸੇ ਦੀ ਸੁਣਾਈ। ਅਸੀਂ ਕੋਈ ਇਹਨਾਂ ਦੇ ਨਾ ਭਗਵੰਤ ਮਾਨ ਜਾਂ ਕੋਈ ਕੋਈ ਵੀ ਆ, ਸਾਡੀ ਕਿਸੇ ਨੇ ਵੀ ਨਹੀਂ ਸੁਣਾਈ ਕੀਤੀ, ਹਰ ਇੱਕ ਦੀ ਮਿਹਨਤਾਂ ਕੀਤੀਆਂ। ਸੁਣੀ ਤਾਂ ਸੁਣੀ ਸਾਡੀ, ਇਹਨੇ ਸੁਣਿਆ ਮਹਾਰਾਜ ਦੇ ਇਹਨਾਂ ਨੂੰ ਵਧਾਵੇ ਚੌਗਣਾ, ਸੱਚਿਆ ਪਾਤਸ਼ਾਹ ਸਾਡੀ ਜ਼ਿੰਦਗੀ ਵੀ ਇਹਨਾਂ ਨੂੰ ਲਾਵੇ, ਜਿਹੜੀ ਸਾਡਾ ਲਿਆ ਕੇ ਅੱਜ ਅੰਬਰਾਂ ਦਾ ਤੋੜ ਕੇ ਲਿਆ ਕੇ ਪੁੱਤ ਦੀ ਦਾਤ ਸਾਡੀ ਝੋਲੀ 'ਚ ਪਾ ਦਿੱਤੀ। ਠੀਕ ਠੀਕ। ਮੇਰਾ ਨਾਂ ਹਰਜਿੰਦਰ ਸਿੰਘ ਆ ਜੀ, ਮੈਂ ਬੇਟੇ ਦਾ ਫੱਫੜ ਲਾਦਾ ਅਤੇ ਮੈਂ ਤਕਰੀਬਨ ਕਾਫੀ ਭੱਜ ਦੌੜ ਥੋੜ੍ਹਾ ਐਜੂਕੇਟਡ ਕਰਕੇ ਮੰਤਰੀਆਂ ਤੱਕ, MLA ਤੱਕ ਸਾਰਿਆਂ ਨੂੰ ਚਿੱਠੀਆਂ ਕਢਾਈਆਂ। ਫਿਰ ਉਹਨੂੰ ਅਬਰਾਜ ਸਾਹਿਬ ਦੇ ਬਾਰੇ ਜਾਣਕਾਰੀ ਮਿਲੀ, ਇਹਨਾਂ ਨੂੰ ਮੈਂ ਜਾ ਕੇ ਦਫ਼ਤਰ 'ਚ ਮਿਲਿਆ। ਜਾਣੀ ਅੱਜ ਜੋ ਵੀ ਹੋਇਆ ਅਬਰਾਜ ਸਾਹਿਬ ਦੀ ਵਜ੍ਹਾ ਨਾਲ ਹੋਇਆ ਕਿਸੇ ਬਾਹਰ ਸਰ, ਹੁਣ ਸਾਨੂੰ ਕੁਛ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ। ਭੇਜਿਆ ਸੀ ਕੰਪਨੀ 'ਚ, ਭੇਜਿਆ ਵੀ ਮੈਂ ਹੀ ਸੀਗਾ ਜੀ। ਕੰਪਨੀ 'ਚ ਨੇ 1-1.5 ਸਾਲ ਕੰਮ ਕੀਤਾ, ਉਦੋਂ ਬਾਅਦ ਪਤਾ ਨਹੀਂ ਕੀ ਇਹਨਾਂ ਦੇ ਹੋਇਆ ਕੀ ਨਹੀਂ, ਉਹ ਰੱਬੀ ਜਾਣਦਾ। ਆਪਾਂ ਨੂੰ ਕੋਈ ਨਾ ਇਹਨੇ ਬੱਚਿਆਂ ਨੇ ਸਾਨੂੰ ਅਸਲੀ ਦੱਸੀ ਆ ਨਾ ਸਾਨੂੰ ਪਤਾ ਵਾ। ਅੱਜ ਕਿੰਨੀ ਕੁ ਖੁਸ਼ੀ ਹੈ ਬੇਟਾ ਵਾਪਸ ਆਇਆ ਜੀ? ਅੱਜ ਬਹੁਤ ਜ਼ਿਆਦਾ ਖੁਸ਼ੀ ਹੈ। ਕੀ ਕਹਿਣਾ ਚਾਹੁੰਦੇ ਅੱਜ ਅਬਰਾਜ ਸਾਹਿਬ ਵੱਲੋਂ ਉਪਰਾਲਾ ਕੀਤਾ ਗਿਆ? ਨਹੀਂ ਕਿੱਦਾਂ ਦਾ ਮੰਨ? ਨਹੀਂ ਜੀ, ਅਬਰਾਜ ਸਾਹਿਬ ਸਾਡੇ ਵਾਸਤੇ ਰੱਬ ਆ।
ਦੇਖੋ ਜੀ ਬੱਚੇ, ਅਸੀਂ ਤਾਂ ਕਹਿੰਦੇ ਬੱਚੇ ਜਾਣ, ਲੇਕਿਨ ਗਲਤ ਕੰਮ ਨਾ ਕਰਨ, ਆਪਦੇ ਵਰਕਰ ਨਹੀਂ ਧਿਆਨ ਦੇਣ ਜਾਂ ਸਟੱਡੀ ਆ ਸਟੱਡੀ ਵੱਲ ਨਹੀਂ ਧਿਆਨ ਦੇਣ। ਜਦੋਂ ਗਲਤ ਕੰਮ ਕਰਦੇ ਆ ਫਿਰ ਆਹੀ ਚੱਕਰ ਪੈਂਦੇ ਆ ਜੀ। ਅਸੀਂ ਅੱਜ ਵੀ ਅਬਰਾਜ ਸਾਹਿਬ ਦੇ ਰਿਣੀ ਆ ਰਹਾਂਗੇ। ਧੰਨਵਾਦ। ਅੱਜ ਸਬੱਧਾ ਭਲਾ ਟਰੱਸਟ ਨੇ ਡਾਕਟਰ ਐਸ ਪੀ ਸਿੰਘ ਓਬਰਾਏ ਹੋਣਾਂ ਦੀ ਯੋਗ ਅਗਵਾਈ ਹੇਠ, ਇਹ ਸੁਖਬੀਰ ਵੀਰ ਆ ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ, ਇਹ ਅੱਜ ਫਾਂਸੀ ਦੀ ਸਜ਼ਾ ਹੋਈ ਸੀ ਦੁਬਈ 'ਚ, ਇਹ ਅੱਜ ਵਾਪਸ ਆਇਆ ਆਪਣੇ ਮਾਪਿਆਂ ਕੋਲ ਅਤੇ ਅੱਜ ਏਅਰਪੋਰਟ 'ਤੇ। ਪਹਿਲਾਂ ਗਮਗੀਨ ਸੀਗਾ ਮਾਹੌਲ ਜਦੋਂ ਮਾਂ ਪੁੱਤ ਮਿਲੇ ਇੰਨੇ ਸਾਲਾਂ ਬਾਅਦ, ਅਤੇ ਮੁੜ ਕੇ ਖੁਸ਼ੀ 'ਚ ਬਦਲ ਗਿਆ ਜਦੋਂ ਸਾਰੀਆਂ ਗੱਲਾਂ ਬਾਤਾਂ ਹੋਈਆਂ ਏ, ਅਤੇ ਅੱਜ ਅਸੀਂ ਇੱਥੇ ਸੁਖਬੀਰ ਵੀਰ ਨੂੰ ਲੈਣ ਆਏ ਹਾਂ ਜੀ, ਆਇਆਂ ਕਹਿਣ ਆਏ ਹਾਂ। ਸਰਬੱਧਾ ਭਲਾ ਟਰੱਸਟ ਵੱਲੋਂ ਅਬਰਾਏ ਸਾਹਿਬ ਦੀ ਯੋਗ ਅਗਵਾਈ 'ਚ ਉਹਨਾਂ ਵੱਲੋਂ ਸਾਰਾ ਜਿਹੜਾ ਕਿ ਆਪਣੇ ਨਿੱਜੀ ਆਮਦਨ 'ਚੋਂ ਜਿਹੜਾ 98% ਦਾਨ ਕਰਦੇ, ਉਹਨਾਂ ਵੱਲੋਂ 150 ਦੇ ਕਰੀਬ ਨੌਜਵਾਨਾਂ ਨੂੰ ਜਿਹੜਾ ਹੈ ਲੰਮੀਆਂ ਸਜ਼ਾਵਾਂ ਵਾਲੇ ਸੀ ਜਾਂ ਫਾਂਸੀ ਦੀ ਸਜ਼ਾ ਵਾਲੇ, ਉਹਨਾਂ ਨੂੰ ਆਪਣੇ ਵਾਰਸਾਂ ਤੱਕ ਪਹੁੰਚਾਇਆ ਉੱਥੋਂ ਮੌਤ ਦੇ ਮੂੰਹ 'ਚੋਂ ਕੱਢ ਕੇ। ਹਾਂਜੀ, ਡੈੱਡ ਬੋਡੀਆਂ ਵੀ ਲਗਾਤਾਰ ਜਿਹੜੀਆਂ ਅਰਬ ਦੇਸ਼ਾਂ 'ਚ ਨੌਜਵਾਨਾਂ ਦੀ ਮੌਤ ਹੋ ਜਾਂਦੀ ਆ, ਪਰਿਵਾਰ ਬੇਵੱਸ ਹੁੰਦੇ ਨੇ ਉੱਥੋਂ ਆਪਣੇ ਮਤਲਬ ਬੱਚਿਆਂ ਨੂੰ ਵਾਪਸ ਲਿਆਉਣ ਲਈ, ਉਹਦੇ ਲਈ ਅਸੀਂ ਮਦਦ ਕਰਦੇ ਹਾਂ ਜੀ। ਅਬਰਾਏ ਸਾਹਿਬ ਦੀ ਅਗਵਾਈ 'ਚ ਉੱਥੋਂ ਟੀਮ ਭੇਜਦੇ ਆ, ਅਸੀਂ ਇੱਥੋਂ ਰਿਸੀਵ ਕਰਦੇ ਹਾਂ। ਅੱਜ ਮੈਂ ਦੱਸਣਾ ਚਾਹੁੰਦਾ, ਅੱਜ ਸਵੇਰੇ ਵੀ ਜਿਹੜੀ ਆ ਅਸੀਂ 357 ਬੋਡੀਆਂ ਹੁਣ ਤੱਕ ਆ ਚੁੱਕੀਆਂ, ਸਵੇਰੇ ਇੱਕ ਰਿਸੀਵ ਕੀਤੀ ਆ ਮੰਡੀ ਗੋਬਿੰਦਗੜ੍ਹ ਨਾਲ ਸੰਬੰਧਿਤ ਸੀਗੀ। ਸਵੇਰੇ ਤੜਕੇ 3 ਵਜੇ ਆ ਕੇ ਇੱਥੇ ਅਸੀਂ ਉਹ ਵਾਲਾ ਕਾਰਜ ਕੀਤਾ, ਅਤੇ ਪਰਮਾਤਮਾ ਨੇ ਉਹ ਹੁਣ ਇਹ ਖੁਸ਼ੀ ਵਾਲਾ ਕੰਮ ਆ ਵੀ ਆਪਾਂ ਵੀਰ ਨੂੰ ਇੱਥੇ ਸੁਖਵੀਰ ਨੂੰ ਲੈਣ ਆਏ ਏਅਰਪੋਰਟ 'ਤੇ ਜੀ। ਤੁਸੀਂ ਵੇਖਦੇ ਜੇ ਅਬਰਾਏ ਸਾਹਿਬ ਲਗਾਤਾਰ ਕਰੋੜਾਂ ਰੁਪਈਏ ਹਰ ਸਾਲ ਖਰਚਦੇ ਆ ਲੋੜਵੰਦਾਂ ਦੀ ਮਦਦ ਲਈ। ਉਹਦੇ 'ਚ ਜਿਹੜੇ ਆਪਾਂ ਮ੍ਰਿਤਕ ਸਰੀਰ ਲਿਆਉਂਦੇ ਉਹਨਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਲਾ ਕੇ ਦਿੰਦੇ ਹਾਂ, ਜਿਵੇਂ ਅੱਗੇ ਪੈਨਸ਼ਨ ਸਕੀਮ ਟਰੱਸਟ ਦੀ ਚੱਲਦੀ ਆ, ਇੱਦਾਂ ਹੀ ਹੁਣ ਜਿਵੇਂ ਵੀਰ ਆਇਆ ਹੁਣ ਇਹਦੇ ਰੁਜ਼ਗਾਰ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਅਸੀਂ ਟਰੱਸਟ ਵੱਲੋਂ ਕਰਕੇ ਦੇਵਾਂਗੇ। ਅਬਰਾਏ ਸਾਹਿਬ ਦਾ ਫੋਨ ਆਇਆ ਸੀਗਾ, ਉਹਨਾਂ ਵੀ ਇਹੋ ਗੱਲ ਕਹੀ ਆ ਵੀ ਇੱਥੇ ਆਪਾਂ ਇਹਨੂੰ ਰੁਜ਼ਗਾਰ ਦੇਵਾਂਗੇ ਜਿਹੜਾ ਇਹਨੂੰ ਬਾਹਰ ਜਾਣ ਦੀ ਲੋੜ ਨਾ ਪਵੇ। ਅੱਗੇ ਬਹੁਤ ਮੁਸ਼ਕਲ ਦੀ ਘੜੀ 'ਚੋਂ ਨਿਕਲ ਕੇ ਆਪਣੇ ਮਾਂ ਕੋਲ ਆਇਆ, ਪਿਓ ਕੋਲ ਆਇਆ ਜੀ।